ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਖਾਲਸਾ ਖਾਲਸਾ ਸੰਗਤ ਜੀ, ਆਪ ਸਰਬੱਤ ਸੰਗਤਾਂ ਨੂੰ ਭਲੀ ਭਾਂਤ ਪਤਾ ਹੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਜੋ 500 ਸਾਰੀ ਦੁਨੀਆ ਦੇ ਵਿੱਚ 550 ਸਾਲਾਂ ਮਨਾਇਆ ਜਾਣਾ ਹੈ, ਉਹਦੇ ਸੰਬੰਧ ਵਿੱਚ ਹੀ ਵੱਖ ਵੱਖ ਸੰਸਥਾਵਾਂ ਨੇ, ਵੱਖ ਵੱਖ ਸਿੱਖ ਜਥੇਬੰਦੀਆਂ ਨੇ ਆਪੋ ਆਪਣੇ ਢੰਗ ਦੇ ਨਾਲ ਗੁਰੂ ਸਾਹਿਬ ਜੀ ਨੂੰ ਸਮਰਪਿਤ ਪ੍ਰੋਗਰਾਮ ਲਿਖੇ ਆ। ਇਸੇ ਤਰ੍ਹਾਂ ਹੀ ਅਮੈਰੀਕਾ ਦੀ ਜਥੇਬੰਦੀ ਆ ਈਕੋ ਸਿੱਖ, ਜਿਨ੍ਹਾਂ ਨੇ ਹਰਿਆਵਲ ਦੇ ਤੌਰ 'ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਉਣ ਦਾ ਅਕੀਦਾ ਕੀਤਾ ਹੈ। ਅੱਜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਜਨਮ ਸਥਾਨ ਤੋਂ ਅੱਜ ਸਾਉਣ ਦਾ ਮਹੀਨਾ ਚੜ੍ਹਿਆ ਹੋਣ ਕਾਰਨ ਇੱਥੋਂ ਆਰੰਭ ਕਰ ਰਹੇ ਹੈ। ਇਸ ਨਗਰ ਦੇ ਵਿੱਚ ਇਸ ਜਥੇਬੰਦੀ ਨੇ 500 ਬੂਟਾ ਲਾਉਣਾ ਹੈ। ਦਾਸ ਨਗਰ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਸਾਰੇ ਇਸ ਜਥੇਬੰਦੀ ਦਾ ਸਹਿਯੋਗ ਦਿਓ, ਨਾਲ ਲੱਗ ਕੇ ਬੂਟੇ ਲਵਾਓ, ਉਹਨਾਂ ਦੀ ਸਾਰ ਸੰਭਾਲ ਕਰੋ, ਕਿਉਂਕਿ ਬਹੁਤ ਵਾਰੀ ਬੂਟੇ ਲਾ ਦਿੱਤੇ ਜਾਂਦੇ ਆ, ਬਾਅਦ ਵਿੱਚ ਸਾਂਭਦੇ ਨਹੀਂ। ਆਪਾਂ ਬੂਟੇ ਲਵਾਓ ਵੀ, ਸਾਂਭੋ ਵੀ, ਤਾਂ ਹੀ ਹਰਿਆਲੋ ਹੋਵੇਗੀ ਜੇ ਬੂਟਿਆਂ ਨੂੰ ਸਾਂਭਾਂਗੇ। ਸੋ ਦਾਸ ਸਮੁੱਚੇ ਨਗਰ ਵੱਲੋਂ ਈਕੋ ਜਥੇਬੰਦੀ ਦਾ, ਅਮੈਰੀਕਾ ਦੇ ਗੁਰਸਿੱਖਾਂ ਦਾ, ਜਿਹੜੀ ਇਹਨਾਂ ਦੀ ਟੀਮ ਜਥੇਬੰਦੀ ਇੱਥੇ ਕੰਮ ਕਰ ਰਹੀ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।